एक गल कहना, तू कहना सीधा के भाई जो चाहिए सी ओ हो सकता के निन्या रब सबर परखदा होवे, हो सकता है। बिल्कुल जी। सो लो पहली कबड्डी इस वे खेड मैदान मेरे वीरे पै चुकी है। गुरमा वालों गुरविंदर सिंह इस वे कबड्डी पाउण दे लई वाधा होया उधरले पासे कहिंदे शीलू ओ बल्ले 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 ओ बच्चिया पंजाबियां दा बोगजू कहिंदा चक दूंगा चक दूंगा, जदों बच्चिया पंजाबियां दा बोगजू कहिंदा चक दूंगा चक दूंगा। ओ गुरविंदर भज गया बल्ले दीआं पेमर एडा कलाबां दे मुंडे कहिंदे 3100 दीआं। लो सुनील दीआं तिन कबड्डियां दे उत्ते 1000 लग्गिआ होइआ तरजीत मनीला वल्लों। लो इक पासे मुंडा कहिंदे बल्ले 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 नन्नू आ दीपगढ़ वाला, पर अंक इस वेले सुनील धमधान साहब वाला जोड़दा होइआ। लो गुरमा वाला बिल्ला आ गया और रेड पै गई है। नन्ना कहिंदा बिल्ला आ गया, पट्टी कहिंदा 500 साडा पा दो और तिन्नां दे उपर 3100 कलाबां दे मुंडे कहिंदे साडा। बिल्ले दीआं दो रेडां रहिंदीआं ਉਹ 3600 ਦੀਆਂ ਪੈਣਗੀਆਂ ਮੇਰੇ ਮਿੱਤਰੋ। ਇਹ ਸੇਮੀ ਮੁਕਾਬਲੇ ਚੱਲਦੇ ਆ, ਇਤੋਂ ਬਾਅਦ ਫਾਈਨਲ ਆ ਤੇ ਫੇਰ ਕਹਿੰਦੇ ਛੁੱਟੀਆਂ। ਉਹ ਫੇਰ ਛੁੱਟੀਆਂ ਹੋਣਗੀਆਂ ਉਹ ਕੌਡੀ ਸੁਨੀਲ ਦੀ। 1500 ਦੀ ਦੂਜੀ ਕਬੱਡੀ ਪੈ ਚੁੱਕੀ ਹੈ ਤਰਨਜੀਤ ਮਨੀਲਾ ਵੱਲੋਂ ਤੇ ਭੱਟੀ ਉਹਨਾਂ ਵੱਲੋਂ ਲੱਗਿਆ ਹੋਇਆ ਕਿ ਉਹ ਦੇਖ ਭੱਟੀ ਭੜੀ ਵਾਲਾ ਨਹੀਂ ਤੇਰੇ ਨਾਂ ਦੀ ਫੇਰ ਦਾ ਵਾਲਾ ਨਹੀਂ। ਲੋ ਇੱਕ ਪਾਸੇ ਜੱਗੂ ਉਹ ਹਾਕਮ ਵਾਲੇ ਦਾ ਹੈ, ਪਰ ਅੰਕ ਜਿਹੜਾ ਸੁਨੀਲ ਧਮਧਾਨ ਸਾਹਿਬ ਦੀਆਂ ਦੋ ਕਬੱਡੀਆਂ ਸਫਲ ਹੋ ਚੁੱਕੀਆਂ। ਅਗਲੀ ਕਬੱਡੀ ਗੁਰਮਾ ਵਾਲਾ ਬਿੱਲਾ ਇਹਨੂੰ ਕਹਿੰਦੇ ਫੋੜ ਦਿੱਤਾ ਜਾਣਾ ਹੈ, ਸ਼ਾਬੇ ਫੋੜ ਦਿੱਤਾ ਜਾਣਾ ਹੈ। ਲੋ ਇੱਕ ਪਾਸੇ ਮੁੰਡਾ ਉਹ ਸੀਲੂ 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 ਬਾਹੂ ਅਕਬਰ ਭੱਲੇ 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 ਉਹ ਭੱਲੇ 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 ਤਰਨੀ ਮਨੀਲਾ ਵੱਲੋਂ 500 ਰੁਪਇਆ ਬਿੱਲੇ ਦੇ ਲਈ ਪੁੱਜਦਾ ਕੀਤਾ ਗਿਆ। ਲੈ ਵੀ ਬਾਈ ਸਿੱਧੇ ਹੀ ਫੜਾ ਦੇ ਰਾਜੇ ਗੁਰਮਾ ਵਾਲੇ ਨੂੰ, ਕਿਉਂਕਿ ਬਾਅਦ ਦੇ ਵਿੱਚ ਪਤਾ ਨਹੀਂ ਲੱਗਦਾ ਵੀ ਕਿਹੜਾ ਹੋਰ ਪਲੇਅਰ ਲੈ ਜਾਂਦਾ। ਕਈ ਵਾਰੀ ਭੁਲੇਖਾ ਲੱਗ ਜਾਂਦਾ ਕਿਉਂਕਿ NRI ਵੀਰ ਜਾਣਦੇ ਨਹੀਂ ਹੁੰਦੇ ਵੀ ਕਿਹੜੀ ਟੀਮ ਦਾ ਕਿਹੜਾ ਪਲੇਅਰ ਹੈ। ਵੀਰ ਬਣ ਕੇ ਜਿਹੜੇ ਥੋੜਾ ਵੀਰ ਨੇ ਉਹ ਕਿਰਪਾ ਕਰਕੇ ਬੈਠ ਜਾਣ। ਦਰਸ਼ਕ ਵੀਰੇ ਭੂਕ ਨੇ ਚ ਠਿਆਨੀ ਆਣ ਗਈ ਮਾੜਾ ਜਾ ਕਰਦੇ ਹੋ ਮਾਹੌਲ ਗਰਮ। ਤਕੜਾ ਮੈਚ, ਦੁਨੀਆਂ ਦੇ ਦਿਲ ਕਹਿੰਦੇ ਅਮਰੀਕ ਧੱਕ ਧੱਕ ਕਰੀ ਜਾਂਦੇ ਆ। ਧੜਕਣ ਧੜਕਣਾ ਤਾਂ ਵਧਣਗੀ। ਵਾਹਿਗੁਰੂ ਮਿਹਰ ਕਰੇ, ਬਸ ਪਿਆਰ ਨਾਲ ਜੋ ਵੀ ਫੈਸਲਾ ਕਰਨਾ ਤੁਸੀਂ ਆਪ ਸਿਆਣੇ ਹੋ। ਕੋਈ ਗੱਲ ਨਹੀਂ, ਪਿਆਰ ਨਾਲ ਇੱਕ ਬੇਨਤੀ ਹੈ ਪ੍ਰਬੰਧਕਾਂ ਵੱਲੋਂ ਵੀ ਬਾਹਰਲਾ ਪਲੇਅਰ ਜਿਹੜਾ ਪਹਿਲਾਂ ਨਹੀਂ ਖੇਡਿਆ ਉਹ ਕਹਿੰਦੇ ਉਹ ਬੈਨ ਆ, ਉਹ ਨਹੀਂ ਖੇਡ ਸਕਦਾ। ਵੀਰੇ ਪਿਆਰ ਨਾਲ ਪਿਆਰ ਨਾਲ ਚੰਦਰੇ ਤੁਸੀਂ ਗਲ ਗੋਲ ਨਾ ਭਾਲਿਓ। ਉਹ ਫੇਰ ਕਹਿੰਦੇ ਕਰੋਨਾ ਜਿਹਾ ਲਿਆਉਣ ਨੂੰ ਫਿਰਦੇ ਆ। ਵੀਰੇ ਪਿਆਰ ਨਾਲ ਆਹਾ ਹੋਊਗਾ ਫੈਸਲਾ, ਤੁਹਾਡੇ ਹੱਕ ਦੇ ਵਿੱਚ ਹੋਊਗਾ।
ਵੀਰ ਬਣ ਕੇ ਯਾਰ ਜਿਹੜਾ ਉਹ ਨੰਬਰ ਸੀਗਾ ਗੁਰਮਾਂ ਦੀ ਟੀਮ ਨੂੰ ਦਿੱਤਾ ਗਿਆ ਵੀਰਾ ਜੀ ਜਿਹੜਾ ਉਹ ਨੰਬਰ ਸੀਗਾ ਉਹ ਗੁਰਮਾਂ ਦੀ ਟੀਮ ਨੂੰ ਦਿੱਤਾ ਗਿਆ ਲੈ ਕਬੱਡੀ ਗੁਰਵਿੰਦਰ ਖੂਨਣ ਵਾਲਾ ਪਾ ਰਿਹਾ ਮੇਰੇ ਵੀਰੋ ਗੁਰਵਿੰਦਰ ਖੂਨਣ ਦੀ ਧਰਤੀ ਦਾ ਰੇਡ ਪਾਉਂਦਾ ਉਧਰ ਸ਼ੀਲੂ ਉਹ ਬਾਹੂ ਅਕਬਰਪੁਰ ਵਾਲਾ ਉਹ ਬਾਹੂ ਅਕਬਰਪੁਰ ਵਾਲਾ ਹੈ ਪਰ ਅੰਕ ਇਸ ਵੇਲੇ ਗੁਰਵਿੰਦਰ ਨੇ ਗੁਰਮਾਂ ਦੇ ਲਈ ਜੋੜ ਦਿੱਤਾ ਹੈ ਅਗਲੀ ਕਬੱਡੀ ਮੈਦਾਨ ਦੇ ਵਿੱਚ ਕਹਿੰਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਸ਼ੋ ਪ੍ਰਾਪਤ ਧਰਤੀ ਦਾ ਖਿਡਾਰੀ ਸੁਨੀਲ ਧਮਧਾਨ ਸਾਹਮਣੇ ਕਹਿੰਦੇ ਸੁਨੀਲ ਕਬੱਡੀ ਪਾਉਣ ਦੇ ਲਈ ਬਣਿਆ ਹੋਇਆ ਉਹ ਪਾਵਣ ਦੇ ਪਵਿੱਤਰ ਧਰਤੀ ਹੈ ਧਮਧਾਨ ਸਾਹਿਬ ਉਹ ਕਹਿੰਦੇ ਮੀਆਂ ਸਾਹਿਬ ਮੀਆਂ ਸਾਹਿਬ ਬਣਾਇਆ ਇਤਿਹਾਸ ਪੱਟਿਆ ਮੇਰੇ ਮਿੱਤਰੋ ਲਓ ਸੁਨੀਲ ਕਹਿੰਦੇ ਇੱਕ ਤਕੜਾ ਨੰਬਰ ਜੋੜ ਗਿਆ ਇਧਰ ਪਿੱਲੇ ਵੀ ਕੌਡੀ ਆ ਮੇਰੇ ਮਿੱਤਰੋ ਮੁੰਡੇ ਕਹਿੰਦੇ 3600 ਲੱਗਿਆ 3300 ਕਲੰਬ ਲੋ 500 ਭੱਟੀ ਕਹਿੰਦਾ ਆਪਾਂ ਦੇਣਾ ਜੇ ਸ਼ੀਲੂ ਪਿੱਲੇ ਨੂੰ ਜੱਫਾ ਲਾਵੇਗਾ ਸ਼ੀਲੂ 1000 ਉਧਰ ਤਰਨਜੀਤ ਮਨੀਲਾ 500 ਦੇਵੇਗਾ ਜਿੰਨੇ ਵੀ ਸ਼ੀਲੂ ਜੱਫੇ ਲਾਵੇਗਾ ਲੋ ਬਿੱਲਾ ਗੁਰਮਾ ਵਾਲਾ ਤੇ ਸ਼ੀਲੂ ਸਾਹਮਣੇ ਪੜਾਕੇ ਪੈਂਦੇ ਉਹ ਪੜਾਕੇ ਪੈਂਦੇ ਉਹ ਦੁਨੀਆ ਤੇ ਨੱਚੀ ਉਹ ਕਿਉਂ ਮੁੰਡੇ ਹੋ ਗਏ ਇਲੂ ਇਲੂ ਹਾਲੇ ਕੋਈ ਸ਼ੱਕ ਹੈ ਚੰਬਰਿਆ ਹਾਲੇ ਕੋਈ ਸ਼ੱਕ ਹੈ ਉਹ ਸੁਨੀਲ ਦੀ ਕਬੱਡੀ ਪੈਂਦੀ ਹੈ ਉਧਰ ਕਹਿੰਦੇ ਲੱਖੀ ਮੂਵ ਹਰਵਿੰਦਰ ਦਾ ਕਹਿੰਦੇ ਨਾਗੇ ਵਾਲ ਪਿੰਡ ਹੈ ਤੇ ਦਲਜੀਤ ਕੈਨੇਡਾ ਨੰਬਰ ਜਿਹੜਾ ਰੇਡਰ ਦਾ ਓਏ ਖੂਬਣਾ ਵਾਲਾ ਗੁਰਵਿੰਦਰ ਆ ਗਿਆ ਓ ਗੁਰਵਿੰਦਰ ਫਿਰ ਆ ਗਿਆ ਕਬੱਡੀ ਪਾਉਣ ਮੇਰੇ ਵੀਰੇ ਬਾਈ ਵਾਧੂ ਬੰਦੇ ਬਹਿ ਜਾਓ ਵੀਰਾਂ ਬਣ ਕੇ ਯਾਰ ਵਾਧੂ ਬੰਦੇ ਬਹਿ ਜਾਓ ਪਲੀਜ਼ ਬੇਨਤੀ ਹੈ ਪ੍ਰਬੰਧਕਾਂ ਵੱਲੋਂ ਗੁਰਵਿੰਦਰ ਜਿੰਨੇ ਵੀ ਮੇਰੇ ਵੀਰੇ ਸ਼ੀਲੂ ਜੱਫੇ ਲਾਵੇਗਾ ਉਹਨੇ 500 ਤਰਨਜੀਤ ਮਨੀਲਾ ਲਓ ਸ਼ੀਲੂ 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 ਓ ਸ਼ੀਲੂ ਸ਼ੀਲੂ ਹੋ ਗਈ ਮਿੱਤਰੋ ਅਗਲੀ ਗੱਭਰੂ ਹੈ ਵੀਰੇ ਜਿਹੜੇ ਸਪੇਰ ਬਹਿ ਜਾਓ ਕਿਰਪਾ ਕਰਕੇ ਜਿਹੜਾ ਵੀਰ ਪਾਣੀ ਪਿਆਉਂਦਾ ਵੀ ਥੋੜਾ ਧਿਆਨ ਰੱਖੇ ਆਓ ਰੇਡ ਕਹਿੰਦੇ ਉਹ ਸੁਨੀਲ ਦੀ ਪੈ ਗਈ ਉਹ ਦੰਦੇ ਲੋ ਕਬੱਡੀ ਸੁਨੀਲ ਧਮਧਾਨ ਸਾਹਿਬ ਵਾਲਾ ਜਿਹਨੇ ਆਪਣੀ ਬਾਂਹ ਦੇ ਉੱਤੇ ਰਜੀ ਭੁੱਲਣ ਦਾ ਨਾਮ ਲਿਖਾਇਆ ਹੋਇਆ ਲੋ ਉਧਰ ਮੇਰੇ ਵੀਰੋ ਨੰਨੂ ਦੀਪਗੜੀਆ ਜੱਫਾ ਲਾ ਗਿਆ ਇਹ ਮੁੰਡਾ ਵੀ ਆਸਟ੍ਰੇਲੀਆ ਖੇਡ ਕੇ ਆਇਆ ਮੈਟਰੋ ਕਬੱਡੀ ਕਲੱਬ ਦੇ ਲਈ ਐਨ ਗੱਲਾਂ ਹੁੰਦੀਆਂ ਜੱਗੀ ਉੱਪਲ ਵਰਗੀਆਂ ਦੀਆਂ ਸੁੱਖੇ ਉਹਨਾਂ ਦੀਆਂ ਲੋ ਕਬੱਡੀ ਗੁਰਵਿੰਦਰ ਦੀ ਤੇ ਬੋਲ ਵੱਡੇ ਬਾਈ ਦੇ ਹੋਣਗੇ ਲੋ ਕਬੱਡੀ ਗੁਰਵਿੰਦਰ ਖੂਨਣ ਵਾਲਾ ਉਹ ਬੱਲੇ 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 ਸ਼ੀਲੂ 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 ਬੱਲੇ 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 ਉਹ ਮੈਂ ਪਹਿਲਾਂ ਆਖਿਆ ਅੱਜ ਤਾਰੇ ਨੀ ਅੱਜ ਦੁੱਖ ਟੁੱਟਣੇ ਆ ਅੱਜ ਤਾਰੇ ਨੀ ਅੱਜ ਦੁੱਖ ਟੁੱਟਣੇ ਆ ਇਹ ਮੇਲਾ ਸੰਘੇੜੇ ਚੱਲਦਾ ਮੇਰੇ ਮਿੱਤਰੋ ਉਹ ਕਬੱਡੀ ਪਾਉਣ ਦੇ ਲਈ ਬਣਿਆ ਗੱਭਰੂ ਚਾਰਾਂ ਦੇ ਵਿੱਚੋਂ ਇੱਕ ਨੇ ਟਰਾਈ ਕੀਤੀ ਆ ਆ ਜੱਗੂ ਹੈ ਉਹ ਸੁਨੀਲ ਹੈ ਉਹ ਵਿੱਚ ਪੜਾਵੇ ਪੈਣ ਪੜਾਕੇ ਦੁਨੀਆ ਨੱਚ ਉੱਠੀ ਅਮਰੀਕ ਬਾਈ ਐਨ ਲੋਈਆਂ ਘੁੰਮ ਚੁੱਕੀਆਂ ਅਗਲੀ ਕਬੱਡੀ ਬਿੱਲਾ ਪਾਉਂਦਾ ਮੇਰੇ ਵੀਰੇ ਔਰ ਸਾਹਮਣੇ ਬਿੱਲੇ ਦੀ ਕੌਡੀ ਵਾਈ ਵਾਹ ਤੇ ਨੰਬਰ ਬਿੱਲੇ ਨੇ ਜੋੜ ਦਿੱਤਾ ਹੈ ਅਗਲੀ ਕਬੱਡੀ ਹੁਣ ਦੇਖਾਂਗੇ ਕਿਹੜਾ ਨੌਜਵਾਨ ਪਾਵੇਗਾ ਸੁਨੀਲ ਜਾਂ ਸੀਲੂ ਜਾਂ ਮੁੰਡਾ ਕੋਈ ਸੇਤੋ ਵਾਲਾ ਲੱਖਾ ਜਾਂ ਕੋਈ ਹੋਰ ਖਿਡਾਰੀ ਪਾਵੇਗਾ ਆ ਜੰਬੇ ਦੀ ਸਿਹਤ ਥੋੜੀ ਜਿਹੀ ਡਾਊਨ ਸੀ ਬੁਖਾਰ ਸੀਗਾ ਪਰ ਫਿਰ ਵੀ ਉਹ ਪਹਿਲਾ ਮੈਚ ਖੇਡਿਆ ਲੋ ਕਬੱਡੀ ਇਸ ਵੇਲੇ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਮੁੰਡਾ ਇੱਧਰ ਸੇਤੋ ਵੱਲੋਂ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਇੱਕ ਪਾਸੇ ਹਾਕਮ ਵਾਲੀਆ ਜੱਗੂ ਉਹ ਦੀਪਗੜੀਆ ਨੰਨੂ ਤੇ ਗੁਰਮਾ ਵਾਲਾ ਭਾਊ ਲੋ ਜੱਗੂ ਉਹ ਜੱਗੂ ਉਹ ਜੱਗੂ ਉਹ ਜੱਗੂ
ਹਾਕਮ ਵਾਲੀਆਂ ਜਿਹੜੇ ਮਿੱਤਰੋ ਜੱਗੂ ਦੀ ਵੀ ਸਿਫਤ ਬਣਦੀ ਹੈ ਨਵਾਂ ਮੁੰਡਾ ਜੱਗੂ ਨੇ ਬੜੇ ਪਿਆਰ ਨਾਲ ਫੜਿਆ ਬੜੇ ਪਿਆਰ ਨਾਲ ਫੜਿਆ ਸਿਫਤ ਵੀ ਬਣਦੀ ਹੈ ਇਹ ਪਰ ਸ਼ੀਲੂ ਹੋਣੀ ਉਹ ਸੈਦੋ ਦੀ ਧਰਤੀ ਉਹ ਕਹਿੰਦੇ ਖੂਤਣਾ ਵਾਲਾ ਗੁਰਵਿੰਦਰ ਉਹ ਪੜਾਕੇ ਪੈਂਦੇ ਉਹ ਸਗੇੜੇ ਦੀ ਧਰਤੀ ਉਹ ਬੱਲੇ 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 ਮੇਰਾ ਰੱਬਾ ਅਮਰੀਕ ਕਮਲੀ ਕਰਤੀ ਸੀਲੂ ਦੇ ਪਿਆਰ ਨੇ ਮੇਰੇ ਵੀਰੋ ਸੀਲੂ ਦੇ ਦਬਾਨੇ ਆ ਐਨ ਪਈ ਹੋਈ ਕਬੱਡੀ ਸੁਨੀਲ ਧਮਧਾਨ ਸਾਹਿਬ ਦੀ ਧਰਤੀ ਦਾ ਮੇਰੇ ਵੀਰੋ ਲੋ ਦੂਜੇ ਪਾਸੇ ਦੀਪਗੜ੍ਹ ਪਿੰਡ ਹੈ ਨੰਨੂ ਨਾਮ ਹੈ ਜਿੱਥੋਂ ਦੇ ਲਾਲੇ ਦੇ ਚਰਚੇ ਦੁਨੀਆਂ ਚ ਹੋਏ ਹੈ ਜਗਪਾਲ ਕਨੇਡਾ ਤੋਂ ਭੂਲ ਕਨੇਡਾ ਉਹਨਾਂ ਵੱਲੋਂ ਕਹਿੰਦੇ 500 ਰੁਪਏ ਆਵੇਗਾ ਜੇ ਸ਼ੀਲੂ ਜੱਸਾ ਲਾਵੇਗਾ ਉਹ ਚੱਟ ਕੱਲਾ ਹੀ 100 ਵਰਗਾ ਇਹ ਕੱਲਾ ਹੀ 100 ਵਰਗਾ ਇਹ ਕੱਲਾ ਹੀ 100 ਵਰਗਾ ਸ਼ੀਲੂ ਤਾਂ ਕੱਲਾ ਹੀ 100 ਵਰਗਾ ਉਹ ਬਿੱਲੇ ਨੂੰ ਡੱਕਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਬਿੱਲਾ ਵੀ ਬੱਬਰ ਸ਼ੇਰ ਆ ਆਸਟ੍ਰੇਲੀਆ ਬੈਸਟ ਨਿਕਲਿਆ ਐਨ ਕਹਿੰਦੇ ਯੂਰਪ ਦੇ ਵਿੱਚ ਵੀ ਬੈਸਟ ਰਿਹਾ ਅਮਰੀਕਾ ਐਨ ਬੱਬਰ ਸ਼ੇਰ ਟੱਕਰ ਗਿਆ ਸ਼ੀਲੂ ਸ਼ੀਲੂ ਹੋਈ ਜਾਂਦੀ ਹੈ ਇਹਦੇ ਖੇਡ ਕੇ ਚਲਾ ਵੀ ਗਿਆ ਨਾ ਇੱਕ ਮਹੀਨਾ ਬਰਨਾਲੇ ਦੀਆਂ ਗਲੀਆਂ ਤੋਂ ਆਵਾਜ਼ ਆਈ ਜਾਣੀ ਹੈ ਸ਼ੀਲੂ 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 ਉਹ ਸੁਨੀਲ ਆ ਗਿਆ ਸੁਨੀਲ ਕੇ ਰੱਬ ਵਾਂਗੂ ਨੇ ਪੂ ਦੇ ਜਿਹੜੇ ਜੱਟੀ ਸੱਤੀ ਲੰਗੋਟੇ ਦੇ ਉਹ ਕਿਤੇ ਨਾ ਕਿਤੇ ਤਾਂ ਆਪਣਾ ਨਾਂ ਚਮਕਾਈ ਦਿੰਦੇ ਨੇ ਲੋ ਹਾਕਮ ਵਾਲੀਆ ਜੱਗੂ ਮਿੱਤਰੋ ਐਨ ਗੋਰਾ ਚਿੱਟਾ ਰੰਗ ਮੁੰਡਾ ਸੋਹਣਾ ਤੇ ਸੁਨੱਖਾ ਉਹ ਬਰਾਬਰ ਦੀ ਭਾਜੀ ਮੋੜ ਦਿੱਤੀ ਅਮਰੀਕ ਬਾਈ ਬਰਾਬਰ ਦੀ ਭਾਜੀ ਉਹ ਬਰਾਬਰ ਦੀ ਭਾਜੀ ਚੋਟੀ ਦਾ ਮੁਕਾਬਲਾ ਹੈ ਬਸ ਦੁਆਵਾਂ ਹੀ ਆ ਤੁਹਾਡੇ ਲਈ ਉਹ ਦੁਆਵਾਂ ਹੀ ਆ ਤੁਹਾਡੇ ਲਈ ਉਹ ਲੋਕ ਖੜੇ ਆ ਵੱਡਾ ਇਕੱਠ ਹੈ ਉਹ ਦੁਆਵਾਂ ਹੀ ਆ ਤੁਹਾਡੇ ਲਈ ਉਹ ਸਾਹਮਣੇ ਗੁਰਵਿੰਦਰ ਕੀ ਹੋਈ ਅੰਬੋ ਲੜਕਰਾਇਆ ਮਾਰ ਦਿਓ ਸਗੇੜਿਆ ਵਾਲੇ ਲੈ ਵੀ ਅਮਰੀਕ ਬਾਈ ਮੂੰਹ ਸਪਰੇ ਮੈਦਾਨ ਚ ਪੂਰੀ ਕਰ ਦਿਓ ਜੀ ਮੂੰਹ ਸਪਰੇ ਦੇ ਉੱਤੇ ਜਿਹਨਾਂ ਦੀ ਡਿਊਟੀ ਲੱਗੀ ਹੈ ਲੋ ਸੁਨੀਲ ਆ ਗਿਆ ਸੁਨੀਲ ਨੇ ਕਹਿੰਦੇ ਆਪਣੀ ਬਾਂਹ ਦੇ ਉੱਤੇ ਰੱਜੀ ਭੁੱਲਣ ਵਾਲੇ ਦਾ ਨਾਮ ਖੁਣਵਾਇਆ ਹੋਇਆ ਪਰ ਕਬੱਡੀ 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 ਦਾ ਅਲਾਪ ਛਿੜਿਆ ਹੋਇਆ ਮੇਰੇ ਵੀਰੋ ਲੋ ਉਧਰਲੇ ਪਾਸੇ ਆ ਕਰੋ ਸਾਰਾ ਪਿੰਡ ਵੈਰ ਪੈ ਗਿਆ ਗੱਲਾਂ ਲੱਗਣਗੀਆਂ ਟਿਕਾਣੇ ਮੇਰੇ ਮਿੱਤਰੋ ਲੋ ਪਹਿਲਾਂ ਫੇਰ ਆ ਗਿਆ ਮੇਰੇ ਵੀਰੋ ਇਹਨੂੰ ਵੀ ਕਹਿੰਦੇ ਫੋੜ ਦਿੱਤਾ ਜਾਣਾ ਹੈ ਇਹਨੂੰ ਵੀ ਕਹਿੰਦੇ ਫੋੜ ਦਿੱਤਾ ਜਾਣਾ ਹੈ ਇਹ ਮੁੰਡਾ ਆਸਟ੍ਰੇਲੀਆ ਦੇ ਵਿੱਚ ਵੀ ਬੈਸਟ ਰਿਹਾ ਪੂਰੇ ਸੀਜ਼ਨ ਦਾ ਅਮਰੀਕ ਬਾਈ ਯੂਰਪ ਦੇ ਵਿੱਚ ਵੀ ਧੱਕ ਪਾਈ ਹੈ ਬਿੱਲੇ ਨੇ ਪਰ ਬਿੱਲੇ ਨੂੰ ਸ਼ੇਰ ਨੂੰ ਬੱਬਰ ਸ਼ੇਰ ਟੱਕਰ ਗਿਆ ਬੱਬਰ ਸ਼ੇਰ ਗੱਲਾਂ ਹੋਰ ਤੋਂ ਹੋਰ ਜਗਪਾਲ ਕਨੇਡਾ ਤੇ ਭੂਰ ਕਨੇਡਾ 500 ਰੁਪਇਆ ਦੇਣਗੇ ਵੀਰ ਮੈਚ ਕਾਰਾ ਪਤੰਬਰਾਂ ਨੇ ਸੰਗਰੂਰ ਵਾਲੀ ਉਹ ਜਿਮਣੀ ਚੋਰੀ ਬਣਾ ਪਈ ਹੈ ਉਹ ਬਿੱਲੇ ਵੀ ਕੌਡੀ ਪੈ ਗਈ ਸ਼ੀਲੂ ਤਸੱਲੀ ਚੋਟੀ ਦਾ ਮੈਚ ਮਿੱਟੀ ਉੱਡ ਗਈ ਲੋਜਾਂ ਘੁੰਮ ਗਈਆਂ ਭੰਗੜੇ ਪੈ ਗਏ ਮੇਲਾ ਬਣ ਗਿਆ ਮੇਲਾ ਬਣ ਗਿਆ ਸਾਢੇ 10 ਸੈਦੋ ਕਿਉਂ ਦੇ 13 ਉਹ ਮਾਂ ਦੇ ਪੁੱਤ ਨੇ ਰੇਡਰ ਆਟੇ ਵਾਂਗੂ ਗੁੰਨ ਕੇ ਰੱਖ ਦਿੱਤੇ ਅਮਰੀਕਾ ਆਟੇ ਵਾਂਗੂ ਗੁੰਨ ਕੇ ਰੱਖ ਦਿੱਤੇ ਐਨ ਕਹਿੰਦੇ ਬਿੱਲਾ ਵੀ ਬੱਬਰ ਸ਼ੇਰ ਹੈ ਪਰ ਮੈਦਾਨ ਦੇ ਵਿੱਚ ਅੱਜ ਸੰਘੇੜਿਆਂ ਦੇ ਵਿੱਚ ਉਹ ਗੱਲ ਹੋ ਗਈ ਵੀ ਨਜ਼ਾਰੇ ਆਈ ਜਾਂਦੇ ਆ ਤੇ ਜਾਈ ਜਾਂਦੇ ਆ